ਸਾਡੇ ਵਿਚਾਰ ਨਾਲ ਅਸੀਂ ਜਿਹੜੇ ਢੱਠੇ ਮਰੇ ਨੇ ਜੀ ਆਪਾਂ ਕਿੱਥੇ ਦੇ ਬਾਬਾ ਜੀ ਅਸੀਂ ਲੱਡੇ ਦੇ ਹਾਂ ਜੀ ਲੱਡੇ ਦੇ ਤੁਸੀਂ ਕਿੰਨੇ ਚਿਰ ਤੋਂ ਸੇਵਾ ਕਰ ਰਹੇ ਹੋ ਬੀੜ 'ਚ ਅਸੀਂ 35 ਸਾਲ ਹੋ ਗਏ 35 ਸਾਲ ਹੋ ਗਏ ਅਤੇ ਬਾਬਾ ਜੀ ਇਹ ਜਿਹੜਾ ਹੋਇਆ ਘਟਨਾ ਕਿਹੜੀ ਤੁਹਾਨੂੰ ਕੀ ਲੱਗਦਾ ਸਾਨੂੰ ਐਂ ਜੀ ਇਕੱਲੇ ਢੱਠੇ ਮਰੇ ਨੇ ਜੀ ਕਾਰਨ ਨਾਲ ਕੋਈ ਹੋ ਸਕਦਾ ਜੀ ਠੀਕ ਹੈ ਜੀ ਕੀ ਕਾਰਨ ਹੋ ਸਕਦਾ ਹੁਣ ਪਹਿਲਾਂ ਤੁਹਾਨੂੰ ਪਤਾ ਲੱਗੇ ਤੀ ਜੀ ਨਾ ਜੀ ਪਹਿਲਾਂ ਬਾਬੂ ਜੀ ਨੂੰ ਪਤਾ ਲੱਗੇ ਠੀਕ ਹੈ ਕਿਹੜੇ ਨੂੰ ਜੀ ਗੌਧਾਮ ਵਾਲੇ ਠੀਕ ਹੈ ਜੀ ਉਹਨਾਂ ਨੇ ਮੈਨੂੰ ਫੋਨ ਕਰਿਆ ਠੀਕ ਹੈ ਜੀ ਅਸੀਂ ਆਏ ਫਟਾਫਟ ਦੇਖਿਆ ਅਤੇ ਹੁਣ ਪ੍ਰਸ਼ਾਸਨ ਕੀ ਕਰ ਰਹੀ ਪ੍ਰਸ਼ਾਸਨ ਇਹਨਾਂ ਨੂੰ ਟੋਆ ਵੱਟ ਕੇ ਦੱਬ ਰਿਹਾ ਜੀ ਹੋਰ ਇਹਨਾਂ ਦਾ ਜਿਹੜਾ ਪੋਸਟਮਾਰਟਮ ਉਹ ਭੇਜਤਾ ਜੀ ਇਹਨਾਂ ਠੀਕ ਹੈ ਕਿੰਨੇ ਡੰਗਰ ਭੇਜਤੇ ਉੱਧਰ ਜੀ ਉੱਧਰ 7 ਡੰਗਰ ਭੇਜ ਕੋਈ ਕਿਸੇ ਦਾ ਉਹਦਾ ਹੈ ਨਹੀਂ ਜੀ ਬਾਕੀ ਕਹਿੰਦਾ ਮਤਲਬ ਜਿਹੜਾ ਕੋਈ ਹਰਾ ਚਾਰਾ ਗਲਤ ਖਾਣ ਨਾਲ ਜੋ ਹੋ ਗਿਆ ਅਤੇ ਆਪਣੇ ਗੇਟ 'ਤੇ ਉਰੇ ਬੰਦੇ ਫਿਰ ਪੁੱਛਦੇ ਨਹੀਂ ਕਿ ਵੀ ਕਦੋਂ ਕਿਵੇਂ ਜਾ ਰਹਾ ਜੀ ਕੋਈ ਗੇਟ 'ਤੇ ਕੋਈ ਕਰਮਚਾਰੀਆਂ ਨੂੰ ਪੁੱਛਣਾ ਤਾਂ ਚਾਹੀਦਾ ਹਾਂ ਕਰਮਚਾਰੀਆਂ ਨੂੰ ਫਿਰ ਜਿਹੜੇ ਹੁਣ ਪੁਰਾਣੇ ਉਰੇ ਬੰਦੇ ਨੇ ਉਰੇ ਨਵੀਂ ਪੈਦਾਵਾਰ ਕਿਉਂ ਨਹੀਂ ਭਰਤੀ ਹੁੰਦੀ ਜੀ ਇਹਦੇ ਬਾਰੇ ਤਾਂ ਨਹੀਂ ਕੁਛ ਪਤਾ ਦੇਖੋ ਜਦੋਂ ਹੁਣ ਆਪਾਂ ਰਜਿਸਟਰ ਤਾਂ ਲਾਉਂਦੇ ਹਾਂ ਕਿ ਵੀ ਆਹ ਟਰਾਲੀ ਜਾ ਰਹੀ ਆ ਟਰਾਲੀ ਦਾ ਨੰਬਰ ਹੈ ਇਹ ਚੀਜ਼ਾਂ ਨਾਲ ਆਪਾਂ ਨੂੰ ਬਾਕੀ ਦੇਖੋ ਸਰ ਜਿੰਨੇ ਢੱਠੇ ਮਰੇ ਨੇ ਸਾਰੇ ਢੱਠੀ ਮਰਨੇ ਕਿ ਗਊਆਂ ਹੀ ਮਰੀਆਂ ਨੇ ਗਊਆਂ ਕਿੰਨੀਆਂ ਕੇ ਨੇ 6 ਤਾਂ ਮੈਂ ਦੇਖ ਲਈਆਂ ਜੀ ਅੱਛਾ ਜੀ ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਬਸ ਰਿਪੋਰਟ ਤੋਂ ਬਾਅਦ ਪ੍ਰਸ਼ਾਸਨ ਆਇਆ ਹੋਇਆ ਹਾਂਜੀ ਇਹਨਾਂ ਨੂੰ ਠੀਕ ਲੱਗਦਾ ਠੀਕ ਹੈ ਹਿਸਾਬ ਨਾਲ ਕਾਰਵਾਈ ਕਰਾਉਣਗੇ ਠੀਕ ਹੈ ਸਰ ਠੀਕ ਹੈ ਧੰਨਵਾਦ ਜੀ ਸਾਡੇ ਵਿਚਾਰ ਨਾਲ ਅਸੀਂ ਜਿਹੜੇ ਢੱਠੇ ਮਰੇ ਨੇ ਜੀ ਆਪਾਂ ਕਿੱਥੇ ਦੇ ਬਾਬਾ ਜੀ ਅਸੀਂ ਲੱਡੇ ਦੇ ਹਾਂ ਜੀ ਲੱਡੇ ਦੇ ਤੁਸੀਂ ਕਿੰਨੇ ਚਿਰ ਤੋਂ ਸੇਵਾ ਕਰ ਰਹੇ ਹੋ ਬੀੜ 'ਚ ਅਸੀਂ 35 ਸਾਲ ਹੋ ਗਏ 35 ਸਾਲ ਹੋ ਗਏ ਅਤੇ ਬਾਬਾ ਜੀ ਇਹ ਜਿਹੜਾ ਹੋਇਆ ਘਟਨਾ ਕਿਹੜੀ ਤੁਹਾਨੂੰ ਕੀ ਲੱਗਦਾ ਸਾਨੂੰ ਐਂ ਜੀ ਇਕੱਲੇ ਢੱਠੇ ਮਰੇ ਨੇ ਜੀ ਕਾਰਨ ਨਾਲ ਕੋਈ ਹੋ ਸਕਦਾ ਜੀ ਠੀਕ ਹੈ ਜੀ ਕੀ ਕਾਰਨ ਹੋ ਸਕਦਾ ਹੁਣ ਪਹਿਲਾਂ ਤੁਹਾਨੂੰ ਪਤਾ ਲੱਗੇ ਤੀ ਜੀ ਨਾ ਜੀ ਪਹਿਲਾਂ ਬਾਬੂ ਜੀ ਨੂੰ ਪਤਾ ਲੱਗੇ ਠੀਕ ਹੈ ਕਿਹੜੇ ਨੂੰ ਜੀ ਗੌਧਾਮ ਵਾਲੇ ਠੀਕ ਹੈ ਜੀ ਉਹਨਾਂ ਨੇ ਮੈਨੂੰ ਫੋਨ ਕਰਿਆ ਠੀਕ ਹੈ ਜੀ ਅਸੀਂ ਆਏ ਫਟਾਫਟ ਦੇਖਿਆ ਅਤੇ ਹੁਣ ਪ੍ਰਸ਼ਾਸਨ ਕੀ ਕਰ ਰਹੀ ਪ੍ਰਸ਼ਾਸਨ ਇਹਨਾਂ ਨੂੰ ਟੋਆ ਵੱਟ ਕੇ ਦੱਬ ਰਿਹਾ ਜੀ ਹੋਰ ਨਾ ਇਹਨਾਂ ਦਾ ਜਿਹੜਾ ਪੋਸਟਮਾਰਟਮ ਉਹ ਭੇਜਤਾ ਜੀ ਇਹਨਾਂ ਠੀਕ ਹੈ ਕਿੰਨੇ ਡੰਗਰ ਭੇਜਤੇ ਉੱਧਰ ਜੀ ਉੱਧਰ 7 ਡੰਗਰ ਭੇਜ ਕੋਈ ਕਿਸੇ ਦਾ ਉਹਦਾ ਹੈ ਨਹੀਂ ਜੀ ਬਾਕੀ ਕਹਿੰਦਾ ਮਤਲਬ ਜਿਹੜਾ ਕੋਈ ਹਰਾ ਚਾਰਾ ਗਲਤ ਖਾਣ ਨਾਲ ਜੋ ਹੋ ਗਿਆ ਅਤੇ ਆਪਣੇ ਗੇਟ 'ਤੇ ਉਰੇ ਬੰਦੇ ਫਿਰ ਪੁੱਛਦੇ ਨਹੀਂ ਕਿ ਵੀ ਕਦੋਂ ਕਿਵੇਂ ਜਾ ਰਹਾ ਜੀ ਕੋਈ ਗੇਟ 'ਤੇ ਕੋਈ ਕਰਮਚਾਰੀਆਂ ਨੂੰ ਪੁੱਛਣਾ ਤਾਂ ਚਾਹੀਦਾ ਫਿਰ ਜਿਹੜੇ ਹੁਣ ਪੁਰਾਣੇ ਉਰੇ ਬੰਦੇ ਨੇ ਉਰੇ ਨਵੀਂ ਪੈਦਾਵਾਰ ਕਿਉਂ ਨਹੀਂ ਭਰਤੀ ਹੁੰਦੀ ਜੀ ਇਹਦੇ ਬਾਰੇ ਤਾਂ ਨਹੀਂ ਕੁਛ ਪਤਾ ਦੇਖੋ ਜਦੋਂ ਹੁਣ ਆਪਾਂ ਰਜਿਸਟਰ ਤਾਂ ਲਾਉਂਦੇ ਹਾਂ ਕਿ ਵੀ ਆਹ ਟਰਾਲੀ ਜਾ ਰਹੀ ਆ ਟਰਾਲੀ ਦਾ ਨੰਬਰ ਹੈ ਇਹ ਚੀਜ਼ਾਂ ਨਾਲ ਆਪਾਂ ਨੂੰ ਉਰੇ ਤਾਂ ਨਹੀਂ ਮੈਂ ਕਦੇ ਕੋਈ ਨੋਟ ਕਰਨਾ ਦੇਖਿਆ ਜੀ ਇਹ ਫਿਰ ਕਰਨਾ ਚਾਹੀਦਾ ਕਿ ਨਾ ਕਰਨਾ ਚਾਹੀਦਾ ਬਹੁਤ ਚੰਗਾ ਅਤੇ ਬਾਕੀ ਦੇਖੋ ਸਰ ਜਿੰਨੇ ਢੱਠੇ ਮਰੇ ਨੇ ਸਾਰੇ ਢੱਠੀ ਮਰਨੇ ਕਿ ਗਊਆਂ ਹੀ ਮਰੀਆਂ ਨੇ ਗਊਆਂ ਹੀ ਮਰੀਆਂ ਨੇ ਗਊਆਂ ਕਿੰਨੀਆਂ ਕੇ ਨੇ 4 6 ਤਾਂ ਮੈਂ ਦੇਖ ਲਈਆਂ ਜੀ ਅੱਛਾ ਜੀ ਅਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਤਾਂ ਬਸ ਰਿਪੋਰਟ ਤੋਂ ਬਾਅਦ ਹਾਂ ਰਿਪੋਰਟ ਤੋਂ ਬਾਅਦ ਹੀ ਸਾਰਾ ਪਤਾ ਹੋਊਗਾ ਪ੍ਰਸ਼ਾਸਨ ਆਇਆ ਹੋਇਆ ਹਾਂਜੀ ਇਹਨਾਂ ਨੂੰ ਠੀਕ ਲੱਗਦਾ ਠੀਕ ਹਿਸਾਬ ਨਾਲ ਕਾਰਵਾਈ ਕਰਾਉਣਗੇ ਠੀਕ ਹੈ ਸਰ ਠੀਕ ਹੈ ਧੰਨਵਾਦ ਜੀ